ਤਸਿਕਾਲ ਜੀ ਸਾਰਿਆਂ ਨੂੰ ਅਸਤਬ ਹੈ ਇਸ ਤੋਂ ਪਹਿਲਾਂ ਵੀਡੀਓ ਅਪਲੋਡ ਕੀਤਾ ਸੀ ਹੜੱਪਾ ਸਭਿਅਤਾ ਦੇ 25 ਕੁਐਸਚਨ ਜਿਨ੍ਹਾਂ ਦੇ ਮੈਂ ਤੁਹਾਨੂੰ ਟੈਸਟ ਇੱਕ ਦਿੱਤਾ ਸੀ ਕਿ ਤੁਸੀਂ ਇਹ ਕੁਐਸਚਨਸ ਦੇ ਅਨਸਰ ਖੁਦ ਕਰਨੇ ਹਨ ਅੱਜ ਮੈਂ ਤੁਹਾਨੂੰ ਇਹਨਾਂ ਦੇ ਅਨਸਰ ਦੱਸਣ ਜਾ ਰਹੀਆਂ 25th ਤੋਂ ਲੈ ਕੇ 50 ਤੱਕ ਤੁਸੀਂ ਚੈੱਕ ਕਰਨਾ ਹੈ ਕਿ ਤੁਸੀਂ 25 ਵਿੱਚੋਂ ਕਿੰਨੇ ਮਾਰਕਸ ਗੇਨ ਕੀਤੇ ਹਨ ਹਾਂਜੀ કોટਲਾ ਨਿਹੰਗਖਾ ਤੇ ਸੰਘੋਲ ਕਿਸ ਪ੍ਰਾਂਤ ਨਾਲ ਸੰਬੰਧੇ ਸਨ 25 ਕੁਐਸਚਨ ਦਾ ਆਨਸਰ ਇਜ਼ ਸੌਰੀ 26 ਕੁਐਸਚਨ ਦਾ ਆਨਸਰ ਇਜ਼ ਪੰਜਾਬ ਨੈਕਸਟ ਕੁਐਸਚਨ ਇਜ਼ ਸਿੰਧੂ ਸਭਿਅਤਾ ਸ਼ਬਦ ਦਾ ਸਭ ਤੋਂ ਪਹਿਲਾਂ ਯੂਜ਼ ਕਦੋਂ ਕੀਤਾ ਗਿਆ ਇਸ ਦਾ ਆਨਸਰ ਹੈ ਜੀ ਬੀ 80 1856 ਇਸ ਸਭਿਅਤਾ ਨੂੰ ਕਿਸ ਯੁੱਗ ਵਿੱਚ ਰੱਖਿਆ ਜਾਂਦਾ ਹੈ ਤਾਸਰ ਯੁੱਗ ਕਾਂਸਾ ਯੁੱਗ ਜਾਂ ਪਸ਼ਾਣ ਯੁੱਗ ਜਾਂ ਲੋਹ ਯੁੱਗ ਹਾਂਜੀ ਬੀ ਆਨਸਰ ਇਜ਼ ਕਾਂਸਾ ਯੁੱਗ ਨੈਕਸਟ ਕੁਐਸਚਨ ਇਜ਼ ਸਿੰਧੂ ਸਭਿਅਤਾ ਦੀ ਲਿਪੀ ਕਿਹੜੀ ਸੀ ਚਿਤਰਾਤਮਕ ਬੂਟਿਆਂ ਵਾਲੀ ਕਹਾਣੀਕਾਰ ਜਾਂ ਸਾਰੀ ਸੀ ਚਿਤਰਾਤਮਕ 29 ਕੁਐਸਚਨ ਦਾ ਆਨਸਰ ਇਜ਼ ਬਹੁਤ ਵੱਡਾ ਇਸਨਾਨ ਘਰ ਕਿੱਥੋਂ ਪ੍ਰਾਪਤ ਹੋਇਆ ਮੋਹਨ ਜੋਦੜੋ ਤੋਂ ਬੀ ਰਾਈਟ ਆਨਸਰ ਇਜ਼ ਬੀ ਮਣਕੇ ਬਣਾਉਣ ਵਾਲਾ ਕਾਰਖਾਨਾ ਪ੍ਰਾਪਤ ਹੋਇਆ ਹੈ ਬਨਾਵਲੀ ਲੋਥਲ ਚਨਹੋਦੜੋ ਜਾਂ ਕੋਦੜੀ ਖਾਂਜੀ ਕਿੱਥੋਂ ਹੋਇਆ ਜੀ ਰਾਈਟ ਆਨਸਰ ਇਜ਼ ਸੀ ਚਨਹੋਦੜੋ ਨੈਕਸਟ ਕੁਐਸਚਨ ਇਜ਼ ਹੜੱਪਾ ਸਭਿਤਾ ਕਿਸ ਦਿਸ਼ਾ ਵਿੱਚ ਸਥਿਤ ਹੈ ਪੱਛਮੀ ਪੰਜਾਬ ਉੱਤਰੀ ਪੰਜਾਬ ਦੱਖਣ ਪੰਜਾਬ ਜਾਂ ਪੂਰਬੀ ਪੰਜਾਬ ਹਾਂਜੀ ਰਾਈਟ ਆਨਸਰ ਇਜ਼ ਪੱਛਮੀ ਪੰਜਾਬ ਏ 32 ਮੋਹਨਜੋਦੜੋ ਦਾ ਅਰਥ ਹੈ ਕਬਰਿਸਤਾਨ ਮਰਦਿਆਂ ਦਾ ਟਿੱਲਾ ਰੇਗੜੀ ਜਾਂ ਕੋਈ ਨਹੀਂ ਹਾਂਜੀ ਮੋਹਨਜੋਦੜ ਦਾ ਅਰਥ ਕੀ ਹੈ ਜੀ ਸਿੰਧੀ ਭਾਸ਼ਾ ਦੇ ਵਿੱਚ ਮਰਦਿਆਂ ਦਾ ਟਿੱਲਾ ਨੈਕਸਟ ਕੁਐਸਚਨ ਇਜ਼ ਮੋਹਨਜੋਦੜੋ ਦੀ ਖੋਜ ਕਦੋਂ ਹੋਈ ਹਾਂਜੀ ਕਦੋਂ ਹੋਈ ਮੋਹਨਜੋਦੜੋ ਦੀ ਖੋਜ ਹੋਈ ਸੀ 1922 ਈਸਵੀ ਵਿੱਚ ਕਿਸ ਨੇ ਕੀਤੀ ਸੀ ਰਾਖਲਦਾਸ ਬੈਨਰਜੀ ਨੇ ਔਰ ਹੜੱਪਾ ਦੀ ਖੋਜ ਹੋਈ ਸੀ 1921 ਈਸਵੀ ਵਿੱਚ ਜੋ ਕਿ ਕਿਸ ਨੇ ਕੀਤੀ ਸੀ ਜੀ ਦਇਆram ਸਹਾਣੀ ਨੇ ਹਾਂਜੀ ਨੈਕਸਟ ਕੁਐਸਚਨ ਇਜ਼ ਬਨਾਵਲੀ ਕਿਸ ਪ੍ਰਾਂਤ ਵਿੱਚ ਸਥਿਤ ਹੈ ਹਾਂਜੀ ਬਨਾਵਲੀ ਰਾਜਸਥਾਨ ਪੰਜਾਬ ਹਰਿਆਣਾ ਜਾਂ ਹਿਸਾਰ ਬਨਾਵਲੀ ਇਜ਼ ਹਰਿਆਣਾ ਠੀਕ ਹੈ ਜੀ ਵੱਡੀ ਬੰਦਰਗਾ ਕਿੱਥੇ ਸਥਿਤ ਸੀ ਰਾਜਸਥਾਨ ਗੁਜਰਾਤ ਪੰਜਾਬ ਜਾਂ ਲੋथल ਵੱਡੀ ਬੰਦਰਗਾ ਕਿੱਥੇ ਸਥਿਤ ਸੀ ਜੀ ਲੋथल ਵਿਸ਼ਾਲ ਇਸ਼ਨਾਨ ਘਰ ਤੇ ਵਿਸ਼ਾਲ ਹਾਲ ਕਿੱਥੋਂ ਪ੍ਰਾਪਤ ਹੋਏ ਮੋਹਨਜੋਦੜੋ ਤੋਂ ਨਿਰਤਿਕੀ ਦੀ ਕਾਂਸੀ ਦੀ ਮੂਰਤੀ ਕਿੱਥੋਂ ਪ੍ਰਾਪਤ ਹੋਈ ਜੀ ਬੀ ਮੋਹਨਜੋਦੜੋ ਤੋਂ ਨੈਕਸਟ ਕੁਐਸਚਨ ਇਜ਼ ਕਿਸ ਇੱਕ ਦਾੜੀ ਵਾਲੀ ਵਿਅਕਤੀ ਦੀ ਮੂਰਤੀ ਕਿਸ ਤੋਂ ਬਣੀ ਹੋਈ ਸੀ ਜੀ ਸਫੇਦ ਪੱਥਰ ਦੀ ਸੀ ਆਨਸਰ ਇਜ਼ ਵਿਸ਼ਾਲ ਇਸਨਾਨ ਘਰ ਵਿੱਚ ਬਣੇ ਤਲਾਬ ਦੀ ਲੰਬਾਈ ਚੁੜਾਈ ਤੇ ਡੂੰਘਾਈ ਕਿੰਨੀ ਸੀ 39 ਫੁੱਟ ਲੰਬਾ ਸੀ 23 ਫੁੱਟ ਚੌੜਾ ਸੀ ਔਰ 8 ਫੁੱਟ ਡੂੰਘਾ ਸੀ ਜੀ ਰਾਈਟ ਆਨਸਰ ਇਜ਼ ਏ ਚਾਵਲ ਦੇ ਦਾਣੇ ਕਿੱਥੋਂ ਪ੍ਰਾਪਤ ਹੋਏ ਚਨਹੋਦੜੋ ਮੋਹਨਜੋਦੜੋ ਜਾਂ ਰੰਗਪੂਰ ਹਾਂਜੀ ਰਾਈਟ ਆਨਸਰ ਇਜ਼ ਸੀ ਰੰਗਪੂਰ 1953 ਵਿੱਚ ਸਿੰਧੂ ਸਭਿਤਾ ਦੇ ਕਿੰਨਾ ਦੋ ਨਗਰਾਂ ਦੀ ਖੋਜ ਹੋਈ ਕਾਲੀ ਬੰਗਾ ਤੇ ਕੋਟਲਾ ਨਿਹੰਖਾਂ ਦੀ ਹਾਂਜੀ ਨੈਕਸਟ ਕੁਐਸਚਨ ਸਿੰਧੂ ਸਭਿਅਤਾ ਕਿਹੜੀ ਸਭਿਅਤਾ ਸੀ ਕਿਹੜੀ ਸਭਿਅਤਾ ਸੀ ਜੀ ਸਾਰਿਆਂ ਨੂੰ ਹੀ ਪਤਾ ਹੋਏਗਾ ਸਹਿਰੀ ਸਭਿਅਤਾ ਰਾਈਟ ਅਨਸਰ ਇਜ਼ ਬੀ ਮੈਸੋਪੋਟਾਮੀਆ ਦਾ ਕੀ ਅਰਥ ਸੀ ਕੀ ਅਰਥ ਸੀ ਜੀ ਦੋ ਨਦੀਆਂ ਦੇ ਵਿਚਕਾਰ ਦੀ ਜਗ੍ਹਾ ਰਾਈਟ ਅਨਸਰ ਇਜ਼ ਏ ਹੜੱਪਾ ਦੇ ਲੋਕ ਕਿਸ ਧਾਤੂ ਦਾ ਗਿਆਨ ਨਹੀਂ ਸੀ ਕਿਸ ਧਾਤੂ ਦਾ ਗਿਆਨ ਨਹੀਂ ਸੀ ਜੀ ਹੜੱਪਾ ਦੇ ਲੋਕਾਂ ਨੂੰ ਲੋਹੇ ਦਾ ਗਿਆਨ ਨਹੀਂ ਸੀ ਹੜੱਪਾ ਦੀ ਖੋਜ ਕਦੋਂ ਹੋਈ ਕਦੋਂ ਹੋਈ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ 1921 ਇਸਵੀ ਵਿੱਚ ਦਇਆ ਰਮਜ਼ਾਨੀ ਦੁਆਰਾ ਕੀਤੀ ਗਈ ਸੀ ਜੀ ਹੜੱਪਾ ਕਿਸ ਨਦੀ ਦੇ ਕਿਨਾਰੇ ਸਥਿਤ ਹੈ ਸਿੰਧ ਨਦੀ ਰਾਵੀ ਨਦੀ ਸਤਲੁਜ ਆ ਬਿਆਸ ਹਾਂਜੀ ਹੜੱਪਾ ਕਿਸ ਨਦੀ ਦੇ ਕਿਨਾਰੇ ਤੇ ਸਥਿਤ ਹੈ ਜੀ ਹਾਂਜੀ ਰਾਵੀ ਨਦੀ ਦੇ ਕਿਨਾਰੇ ਤੇ ਬੀ ਆਨਸਰ 47 ਸਿੰਧੂ ਯੁੱਗ ਸਭਿਅਤਾ ਦਾ ਹਥਿਆਰ ਨਹੀਂ ਸੀ ਕੀ ਨਹੀਂ ਸੀ ਜੀ ਰਾਈਟ ਆਨਸਰ ਇਜ਼ ਸੀ ਤੋਪ ਨੈਕਸਟ 48 ਕੁਐਸਚਨ ਇਸ ਸਿੰਧੂ ਘਾਟੀ ਦੇ ਲੋਕਾਂ ਦੇ ਗਹਿਣੇ ਕਾਦੇ ਬਣੇ ਹੋਏ ਸੀ ਸੋਨੇ ਚਾਂਦੀ ਹਾਤੀਦੰਤ ਤੰਬਾ ਅਤੇ ਖੋਗੇ ਜਾਂ ਸਾਰੇ ਹੀ ਸਾਰੇ ਹੀ ਜੀ ਸਾਰਿਆਂ ਤੋਂ ਹੀ ਬਣੇ ਹੋਏ ਸੀ ਮੋਹਨਜੋਦੜੋ ਤੋਂ ਪ੍ਰਾਪਤ ਜੋਗੀ ਦੀ ਮੂਰਤੀ ਦੇ ਨੇੜੇ ਕਿਹੜੇ ਜਾਨਵਰਾਂ ਦੀਆਂ ਤਸਵੀਰਾਂ ਚਿੱਤਰ ਸਨ ਗੈਂਡਾ ਝੋਟਾ ਹਾਥੀ ਸ਼ੇਰ ਅਤੇ ਹਿਰਨ ਰਾਈਟ ਆਨਸਰ ਇਜ਼ ਏ ਸਿੰਧੂ ਘਾਟੀ ਸਭਿਅਤਾ ਦੀ ਮੁੱਖ ਵਿਸ਼ੇਸ਼ਤਾ ਕੀ ਹੈ ਕੀ ਹੈ ਜੀ ਇਹ ਸਹਰੀ ਯੋਜਨਾਬੰਦੀ ਨਾਲ ਸੰਬੰਧਿਤ ਸભ્યਤਾ ਸੀ ਸ਼ਹਿਰੀ ਸભ્યਤਾ ਸੀ ਠੀਕ ਹੈ ਜੀ ਇਹ ਸੀ ਜੀ ਅੱਜ ਦਾ ਆਪਣਾ ਵੀਡੀਓ ਵੀਡੀਓ ਫੁੱਲ ਵਾਚ ਕਰੋ ਸ਼ੇਅਰ ਕਰੋ ਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਮੇਰੇ WhatsApp ਗਰੁੱਪ ਨੂੰ ਜੁਆਇਨ ਕਰੋ ਜੋ ਕਿ ਮੈਂ ਆਪਣਾ ਕੰਟੈਕਟ ਨੰਬਰ ਉੱਪਰ PDF ਫਾਈਲ ਦੇ ਉੱਪਰ ਦਿੱਤਾ ਹੋਇਆ ਹੈ ਤੁਸੀਂ ਮੇਰੇ ਕੰਟੈਕਟ ਨੰਬਰ ਤੇ ਆ ਕੇ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਮੇਰੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਮਾਸਟਰ ਕੈਡਰ ਪੀਟਾਟ ਔਰ ਸੀਟਾਟ ਦੀ ਤਿਆਰੀ ਲਈ ਧੰਨਵਾਦ